ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ। ਲਿਵਿੰਗ ਪੰਜਾਬ ਨਿਊਜ਼ ਚੈਨਲ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਚੇਅਰਮੈਨ ਹਰਵਿੰਦਰ ਸਿੰਘ ਭੱਟੀ ਨੇ ਪਿੰਡ ਆਬਾਦੀ ਕੁੱਲੀਆਂ ਤਲਵੰਡੀ ਅਤੇ ਪਿੰਡ ਗਵਾਲੀਆ ਦੇ 50 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ। ਦੀਨਾਨਗਰ ਦੇ ਪੈਂਦੇ ਪਿੰਡ ਆਬਾਦੀ ਕੁੱਲੀਆਂ ਤਲਵੰਡੀ ਅਤੇ ਪਿੰਡ ਗਵਾਲੀਆ 'ਚ ਬਲਾਕ ਸਮਿਤੀ ਦੇ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਵੱਲੋਂ ਕਰੀਬ 50 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਅਸ਼ੋਕ ਚੌਧਰੀ ਦਾ ਇੱਕੋ ਹੀ ਸੁਪਨਾ ਹੈ ਕਿ ਕਿਸੇ ਵੀ ਪਿੰਡ 'ਚ ਕੋਈ ਵੀ ਵਿਅਕਤੀ ਭੁੱਖਾ ਨਹੀਂ ਰਹਿਣਾ ਚਾਹੀਦਾ, ਜਿਸ ਕਰਕੇ ਅਸੀਂ ਪਿੰਡ ਪਿੰਡ ਜਾ ਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਹਾਂ। ਉਹਨਾਂ ਕਿਹਾ ਕਿ ਅੱਜ ਵੀ 5-6 ਪਿੰਡਾਂ 'ਚ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ। ਜੀ ਕੀ ਫਤਿਹ। ਅੱਜ ਅਸੀਂ ਆਬਾਦੀ ਕੁੱਲੀਆਂ ਮਾਸ਼ੀਆਂ ਪਿੰਡ ਵਿੱਚ ਆਏ ਹਾਂ, ਜੋ ਸਾਰਾ ਸੰਸਾਰ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਨਾਲ ਲੜ ਰਿਹਾ ਹੈ। ਉਸ ਦੇ ਸੰਬੰਧ ਵਿੱਚ ਅੱਜ ਅਸੀਂ ਆਬਾਦੀ ਕੁੱਲੀਆਂ ਮਾਸ਼ੀਆਂ ਜ਼ਰੂਰਤਮੰਦ ਵਿਅਕਤੀਆਂ ਨੂੰ ਰਾਸ਼ਨ ਦੇਣ ਵਾਸਤੇ ਪਹੁੰਚੇ ਹਾਂ। ਇਹ ਸਾਰਾ ਪ੍ਰਬੰਧ ਸਾਡੇ ਸਤਿਕਾਰਯੋਗ ਕੈਬਨਿਟ ਮੰਤਰੀ ਪੰਜਾਬ ਸ਼੍ਰੀਮਤੀ ਅਰੁਣਾ ਚੌਧਰੀ ਜੀ ਅਤੇ ਸਾਡੇ ਸਤਿਕਾਰਯੋਗ ਸੀਨੀਅਰ ਆਗੂ ਸ਼੍ਰੀ ਅਸ਼ੋਕ ਚੌਧਰੀ ਦੇ ਯਤਨਾਂ ਸਦਕਾ ਅਸੀਂ ਕਰ ਰਹੇ ਹਾਂ। ਤਿੰਨਾਂ ਪਿੰਡਾਂ ਦੇ ਵਿੱਚ ਜਾ ਕੇ ਰਾਸ਼ਨ ਦੀ ਸੇਵਾ ਕਰਾਂਗੇ। ਜਿੱਦਾਂ ਕਿ ਇੱਕ ਪਿੰਡ ਸੀਗਾ ਸਾਡਾ ਆਬਾਦੀ ਕੁੱਲੀਆਂ ਮਾਸ਼ੀਆਂ, ਦੂਸਰਾ ਪਿੰਡ ਸੀਗਾ ਸਾਡਾ ਤਲਵੰਡੀ ਅਤੇ ਤੀਸਰਾ ਪਿੰਡ ਸੀਗਾ ਸਾਡਾ ਗਵਾਲੀਆ। ਅਸੀਂ ਤਿੰਨਾਂ ਪਿੰਡਾਂ ਦੇ ਵਿੱਚ ਕਰੀਬ 60-70 ਪਰਿਵਾਰਾਂ ਨੂੰ ਅੱਜ ਰਾਸ਼ਨ ਮੁਹੱਈਆ ਕਰਾਵਾਂਗੇ ਅਤੇ ਨਾਲ ਹੀ ਅਸੀਂ ਬੇਨਤੀ ਕਰਾਂਗੇ ਪਿੰਡ ਵਾਲਿਆਂ ਨੂੰ ਕਿ ਜਿਹੜੀ ਇਹ ਭਿਆਨਕ ਬਿਮਾਰੀ ਚੱਲੀ ਹੈ, ਇਹਦੇ ਵਿੱਚ ਜਿੰਨੀਆਂ ਵੀ ਸਰਕਾਰ ਨੇ ਸਾਡੀ ਨੇ ਸਾਵਧਾਨੀਆਂ ਵਰਤਣ ਵਾਸਤੇ ਆਖਿਆ ਗਿਆ ਹੈ, ਉਹ ਅਸੀਂ ਸਾਰੇ ਜਾਣੇ ਹੀ ਉਸ ਆਗਿਆ ਦਾ ਪਾਲਣ ਕਰਾਂਗੇ। ਘਰਾਂ ਤੋਂ ਬਾਹਰ ਨਹੀਂ ਨਿਕਲਾਂਗੇ ਅਤੇ ਪਿੰਡ ਦੇ ਵਿੱਚ ਕੋਈ ਬਾਹਰ ਦਾ ਬੰਦਾ ਨਹੀਂ ਆਉਣ ਦੇਵਾਂਗੇ, ਪਿੰਡ ਵਿੱਚੋਂ ਬਾਹਰ ਕਿਸੇ ਨੂੰ ਜਾਣ ਨਹੀਂ ਦੇਵਾਂਗੇ, ਤਾਂ ਜੋ ਜਿਹੜੀ ਇਹ ਭਿਆਨਕ ਬਿਮਾਰੀ ਚੱਲੀ ਹੈ ਉਸ 'ਤੇ ਪੰਜਾਬ ਸਰਕਾਰ ਕੰਟਰੋਲ ਕਰ ਸਕੇ। ਨਿਊਜ਼ ਡੈਸਕ ਤੋਂ ਡਾਕਟਰ ਮਿਸ ਰੰਗਲ ਦੀ ਖਾਸ ਰਿਪੋਰਟ।